ਬੱਤੀ ਦਿਲ ਦੀ ਜਲਾਣੀ ਚਾਹੀਦੀ ਸੀ ਦੇਸ਼ ਦੇ ਸ਼ਹੀਦਾਂ ਦੇ ਪ੍ਰਤੀ ਪਿਆਰ ਦੀ ਸਤਿਕਾਰ ਦੀ ਉਹ ਆਜ਼ਾਦੀ ਤੋਂ ਬਾਅਦ ਸਾਡੀਆਂ ਸਰਕਾਰਾਂ ਨਹੀਂ ਜਗਾ ਸਕੀਆਂ। ਜਲਿਆਂਵਾਲੇ ਬਾਗ ਤੋਂ ਊਧਮ ਸਿੰਘ ਨਿਕਲ ਕੇ ਗਿਆ ਸੀ, ਮਾਈਕਲ ਓਡਵਾਇਰ ਨੂੰ ਉਹਨੇ ਮਾਰਿਆ, ਠੀਕ ਹੈ। ਅੱਜ ਲੋਕਾਂ ਨੂੰ ਇਹ ਵੀ ਨਹੀਂ ਅੰਦਰ ਪਤਾ ਕਿ ਉਹਨੇ ਡਾਇਰ ਨੂੰ ਮਾਰਿਆ ਕਿ ਮਾਈਕਲ ਓਡਵਾਇਰ ਨੂੰ ਮਾਰਿਆ। ਜਦੋਂ ਯੂਨੀਵਰਸਿਟੀ ਦੇ ਕੁਝ ਬੱਚੇ ਕਹਿੰਦੇ ਆ ਜੀ ਕੌਣ ਸਾ ਊਧਮ ਸਿੰਘ, ਕੌਣ ਸਾ ਮਦਨ ਲਾਲ ਡਿੰਗਰਾ, ਉੱਥੋਂ ਲੱਗਦਾ ਹੈ ਕਿ ਆਜ਼ਾਦੀ ਤੋਂ ਬਾਅਦ ਅਸੀਂ ਆਜ਼ਾਦੀ ਦੇ ਬਲੀਦਾਨੀਆਂ ਨੂੰ ਭੁੱਲ ਗਏ ਹਾਂ। ਭਾਰਤ ਸਰਕਾਰ ਦੀ ਕਿਤਾਬ ਦੇ ਵਿੱਚ ਸ਼ਹੀਦ ਸ਼ਬਦ ਹੀ ਨਹੀਂ ਹੈਗਾ। ਸ਼ਹੀਦੋ ਕੀ ਚਿਤਾਓ ਪਰ ਲਗੇਂਗੇ ਹਰ ਵਰਸ ਮੇਲੇ, ਵਤਨ ਪੇ ਮਿੱਟੇ ਵਾਲੋ ਕਾ ਬਾਕੀ ਯਹੀ ਨਿਸ਼ਾਨ ਹੋਗਾ। ਅੱਜ ਜਲਿਆਂਵਾਲਾ ਬਾਗ ਦੀ 100 ਸਾਲਾ ਜਿਹੜੀ ਸ਼ਹੀਦੀ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ, ਅੱਜ ਉਸਦੀ ਪੂਰਵ ਸੰਧਿਆ 'ਤੇ ਇੱਕ ਕੈਂਡਲ ਮਾਰਚ ਕੱਢਿਆ ਜਾ ਰਿਹਾ। ਸਾਡੇ ਨਾਲ ਜੁੜ ਚੁੱਕੇ ਨੇ ਸਾਬਕਾ ਮੰਤਰੀ ਲਕਸ਼ਮੀਕਾਂਤ ਚਾਵਲਾ ਜੀ, ਆਹ ਉਹਨਾਂ ਕੋਲ ਪੁੱਛਦੇ ਵੀ ਜਿਹੜਾ ਅੱਜ ਕੈਂਡਲ ਮਾਰਚ ਕੱਢਿਆ ਜਾ ਰਿਹਾ, ਉਹਨਾਂ ਨਾਲ ਤੁਸੀਂ ਕਿਸ ਤਰ੍ਹਾਂ ਸ਼ਰਧਾਂਜਲੀ ਜਿਹੜੀ ਦੇ ਰਹੇ ਹੋ, ਤੁਸੀਂ ਦੱਸੋ ਜੀ ਆਹ ਜਿਹੜੀ ਸ਼ਰਧਾਂਜਲੀ ਦਿੱਤੀ ਜਾ ਰਹੀ ਕੈਂਡਲ ਮਾਰਚ ਕੱਢ ਕੇ, ਕੀ ਕਹਿਣਾ ਇਸ ਬਾਰੇ ਜਿਹੜਾ ਸ਼ਰਧਾਂਜਲੀ? ਮੈਂ ਇਹ ਕਹਿਣਾ ਹੈ ਕਿ ਗਵਰਨਮੈਂਟ ਨੇ ਜਿਹੜਾ ਫੈਸਲਾ ਲਿਆ, ਇਹ ਗਵਰਨਮੈਂਟ ਦਾ ਹੀ ਕਾਰਜਕ੍ਰਮ ਹੈ, ਹਰ ਨਾਗਰਿਕ ਸ਼ਾਮਿਲ ਹੋ ਰਿਹਾ ਇਹ 'ਚ। ਕੈਂਡਲ ਮਾਰਚ ਤਾਂ ਚੰਗਾ ਹੈ, ਅੱਜ ਅਸੀਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ, ਪਰ ਜੋ ਮੈਂ ਬਾਰ ਬਾਰ ਕਹਿੰਦੀ ਹਾਂ ਕਿ ਜਿਹੜੀ ਕੈਂਡਲ ਬੱਤੀ ਦਿਲ ਦੀ ਜਲਾਣੀ ਚਾਹੀਦੀ ਸੀ ਦੇਸ਼ ਦੇ ਸ਼ਹੀਦਾਂ ਦੇ ਪ੍ਰਤੀ ਪਿਆਰ ਦੀ ਸਤਿਕਾਰ ਦੀ, ਉਹ ਆਜ਼ਾਦੀ ਤੋਂ ਬਾਅਦ ਸਾਡੀਆਂ ਸਰਕਾਰਾਂ ਨਹੀਂ ਜਗਾ ਸਕੀਆਂ। ਹਾਲਤ ਇਹ ਹੈ ਕਿ ਅੰਮ੍ਰਿਤਸਰ ਪੰਜਾਬ ਦੇ ਸਾਰੇ ਸਕੂਲਾਂ ਦੇ ਸਾਰੇ ਬੱਚਿਆਂ ਨੇ ਨਾ ਜਲਿਆਂਵਾਲਾ ਬਾਗ ਪੜ੍ਹਿਆ ਅਤੇ ਨਾ ਹੀ ਇੱਥੇ ਆ ਕੇ ਦੇਖਿਆ ਕੀ ਹੋਇਆ। ਔਰ ਜਲਿਆਂਵਾਲੇ ਬਾਗ ਤੋਂ ਊਧਮ ਸਿੰਘ ਨਿਕਲ ਕੇ ਗਿਆ ਸੀ, ਮਾਈਕਲ ਓਡਵਾਇਰ ਨੂੰ ਉਹਨੇ ਮਾਰਿਆ, ਠੀਕ ਹੈ। ਅੱਜ ਲੋਕਾਂ ਨੂੰ ਇਹ ਵੀ ਨਹੀਂ ਅੰਦਰ ਪਤਾ ਕਿ ਉਹਨੇ ਡਾਇਰ ਨੂੰ ਮਾਰਿਆ ਕਿ ਮਾਈਕਲ ਓਡਵਾਇਰ ਨੂੰ ਮਾਰਿਆ। ਔਰ ਜਦੋਂ ਯੂਨੀਵਰਸਿਟੀ ਦੇ ਕੁਝ ਬੱਚੇ ਕਹਿੰਦੇ ਆ ਜੀ ਕੌਣ ਸਾ ਊਧਮ ਸਿੰਘ, ਕੌਣ ਸਾ ਮਦਨ ਲਾਲ ਡਿੰਗਰਾ, ਉੱਥੋਂ ਲੱਗਦਾ ਹੈ ਕਿ ਆਜ਼ਾਦੀ ਤੋਂ ਬਾਅਦ ਅਸੀਂ ਆਜ਼ਾਦੀ ਦੇ ਬਲੀਦਾਨੀਆਂ ਨੂੰ ਭੁੱਲ ਗਏ ਹਾਂ। ਅੱਜ ਦੀ ਜ਼ਰੂਰਤ ਹੈ ਕਿ ਦੇਰ ਆਏ ਦਰੁਸਤ ਆਏ, ਭਾਰਤ ਸਰਕਾਰ ਪੰਜਾਬ ਸਰਕਾਰ ਇਹ ਤੈਅ ਕਰੇ ਕਿ ਆਪਣੇ ਪਾਠਕ੍ਰਮਾਂ ਦੇ ਵਿੱਚ, ਮੈਂ ਗੱਲ ਬਾਰ ਬਾਰ ਕਹੀ ਹੈ, ਯੂਨੀਵਰਸਿਟੀ ਸੈਨੇਟ 'ਚ ਕਹੀ, ਵਿਧਾਨ ਸਭਾ 'ਚ ਕਹੀ, ਕਿ ਸਾਰੇ ਬੱਚਿਆਂ ਨੂੰ ਹਰ ਕਲਾਸ 'ਚ ਕੁਝ ਨਾ ਕੁਝ ਸ਼ਹੀਦਾਂ ਦਾ ਪੜ੍ਹਾਇਆ ਜਾਏ। ਔਰ ਜਿਹੜਾ ਇਹਨੂੰ ਅੱਖੀਂ ਵੇਖ ਲਏਗਾ, ਜਿਹੜਾ ਇਹਨੂੰ ਜਾਣ ਲਏਗਾ, ਉਹਦੇ ਦਿਲ 'ਚੋਂ ਦੇਸ਼ ਪ੍ਰੇਮ ਦੀ ਮਸ਼ਾਲ ਕਦੀ ਨਹੀਂ ਖਤਮ ਹੋ ਸਕਦੀ। ਸ਼ਹੀਦਾਂ ਨੇ ਜਿਹੜਾ ਸੁਪਨਾ ਦੇਖਿਆ ਸੀ ਆਜ਼ਾਦ ਭਾਰਤ ਦਾ, ਉਹ ਕਿੱਥੇ ਨਜ਼ਰ ਆਉਂਦਾ? ਭਾਰਤ ਆਜ਼ਾਦ ਹੋਇਆ, ਭਾਰਤ ਦੇ ਹਰ ਆਮ ਆਦਮੀ ਆਜ਼ਾਦ ਨਹੀਂ ਹੋਏ। ਕਰੋੜਾਂ ਲੋਕ ਭੁੱਖੇ ਸੌਂਦੇ ਆ, ਕਰੋੜਾਂ ਲੋਕ ਭੁੱਖ ਨਾਲ ਸਰਦੀ ਗਰਮੀ ਨਾਲ ਮਰ ਜਾਂਦੇ ਆ, ਕਰੋੜਾਂ ਨੌਜਵਾਨ ਬੇਰੋਜ਼ਗਾਰ ਅਤੇ ਨਸ਼ਿਆਂ ਵਿੱਚ ਘਿਰੇ ਹੈ। ਜਦ ਤੱਕ ਇਹ ਹੈ, ਜਦ ਤੱਕ ਧੀਆਂ ਸੁਰੱਖਿਅਤ ਨਹੀਂ ਹੈ, ਤਦ ਤੱਕ ਪੂਰੀ ਆਜ਼ਾਦੀ ਨਹੀਂ ਮਿਲੀ। ਦੇਸ਼ ਆਜ਼ਾਦ ਹੋਇਆ, ਲੋਕਾਂ ਨੂੰ ਹਲੇ ਆਜ਼ਾਦੀ ਨਹੀਂ ਮਿਲੀ। ਪਰ ਜਲਿਆਂਵਾਲੇ ਬਾਗ ਦੇ ਜਿਹੜਾ ਬੜਾ ਦੁਖਾਂਤ ਹੈਗਾ, ਜਿੰਨੇ ਵੀ ਇੱਥੇ ਸ਼ਹੀਦ ਹੋਏ ਉਹਨਾਂ ਨੂੰ ਸ਼ਹੀਦ ਤੱਕ ਦਾ ਦਰਜਾ ਨਹੀਂ ਮਿਲ ਸਕਿਆ। ਸ਼ਹੀਦ ਦਾ ਦਰਜਾ ਤਾਂ ਗਵਰਨਮੈਂਟ ਨੇ ਕਿਸੇ ਨੂੰ ਵੀ ਨਹੀਂ ਦਿੱਤਾ, ਤੁਹਾਨੂੰ ਜਾਣਕਾਰੀ ਹੋਏਗੀ, ਹੋਣੀ ਚਾਹੀਦੀ ਹੈ ਕਿ ਭਾਰਤ ਸਰਕਾਰ ਦੀ ਕਿਤਾਬ ਦੇ ਵਿੱਚ ਸ਼ਹੀਦ ਸ਼ਬਦ ਹੀ ਨਹੀਂ ਹੈਗਾ। ਜਿਹੜੇ ਸਾਡੇ ਜਵਾਨ ਬਾਰਡਰ 'ਤੇ ਵੀ ਸ਼ਹੀਦ ਹੁੰਦੇ ਆ, ਉਹਨਾਂ ਲਈ ਸ਼ਹੀਦ ਅਸੀਂ ਕਹਿੰਦੇ ਹਾਂ, ਉਹ ਲਿਖਦੇ ਆ ਡਾਈਡ ਇਨ ਐਕਸ਼ਨ। ਸ਼ਹੀਦ ਸਬਰ ਜਨਤਾ ਵਾਸਤੇ ਹੈ, ਸ਼ਹੀਦ ਸ਼ਬਦ ਭਾਰਤ ਸਰਕਾਰ ਕੋਲ ਲੈਣੇ ਹੀ ਆ। ਪਰ ਇਸ ਤਰ੍ਹਾਂ ਜਜ਼ਬਾ ਕਿਸ ਨਾਲ ਆਏਗਾ, ਦੇਸ਼ ਪ੍ਰੇਮ ਵੱਧਦਾ ਜਦੋਂ ਮੈਂ ਕਿੱਥੋਂ ਆਊਂਗਾ ਲੋਕਾਂ ਦਾ? ਜਜ਼ਬਾ ਉਦੋਂ ਹੀ ਆ ਜਾਏਗਾ ਜਦੋਂ ਸਾਡੇ ਬੱਚੇ ਸਾਰੀ ਬਲਿਦਾਨ ਦੀਆਂ ਕਹਾਣੀਆਂ ਪੜ੍ਹ ਲੈਣਗੇ। ਦੇਸ਼ ਪ੍ਰੇਮ ਲਈ ਕੋਈ ਮੋਮਬੱਤੀ ਨਹੀਂ ਜਗਾਉਣੀ ਪੈਣੀ, ਦੇਸ਼ ਪ੍ਰੇਮ ਲਈ ਦਿਲਾਂ ਦੇ ਵਿੱਚ ਸ਼ਹੀਦਾਂ ਦੀ ਕਹਾਣੀ ਗੂੰਜੇ, ਬੱਚੇ ਪੜ੍ਹਨ, ਅੱਖਾਂ ਨਾਲ ਵੇਖਣ, ਅਤੇ ਫਿਰ ਹਰ ਦਿਲ ਜਿਹੜਾ ਬੱਚਾ ਦੇਸ਼ ਦਾ ਹੈ, ਉਹ ਦੇਸ਼ ਵਾਸੀ ਹੈ, ਹਿੰਦੁਸਤਾਨੀ ਹੈ, ਉਹਦੇ ਦਿਲ 'ਚ ਹਿੰਦੁਸਤਾਨ ਹੈ, ਉਹ ਦੇਸ਼ ਭਗਤ ਆਪਣੇ ਆਪ ਹੀ ਬਣ ਜਾਏਗਾ ਜਦੋਂ ਇਹ ਕੁਰਬਾਨੀਆਂ ਜਾਣੇਗਾ। ਲੇਕਿਨ ਅੱਜ ਦੀ ਜਿਹੜੀ ਵੈਸਟਰਨਾਈਜ਼ਡ ਕਲਚਰ, ਜਿਹੜਾ ਅੰਗਰੇਜ਼ੀ ਢੰਗ ਦੀ ਪਬਲਿਕ ਸਕੂਲਾਂ ਦੀ, ਸੋ ਕਾਲਡ ਪਬਲਿਕ ਸਕੂਲਾਂ ਦੀ ਪੜ੍ਹਾਈ, ਹਿੰਦੀ ਤੋਂ ਦੂਰ ਕਰੋ, ਹਿੰਦੁਸਤਾਨ ਤੋਂ ਦੂਰ ਕਰੋ, ਆਪਣੇ ਰੀਤੀ ਰਿਵਾਜ਼ ਤੋਂ ਦੂਰ ਕਰੋ, ਉਹਦੇ ਨਾਲ ਤਾਂ ਬੱਚਿਆਂ ਦਾ ਨਹੀਂ ਕੁਝ ਬਣਨਾ। ਅੱਜ ਜ਼ਰੂਰਤ ਹੈ ਪ੍ਰੈਕਟੀਕਲ ਪੜ੍ਹਾਈ ਕਰਾਈਏ ਉਹਨਾਂ ਨੂੰ, ਜਿਹੜੇ ਰਾਸ਼ਟਰੀ ਤੀਰਥ ਹੈ ਉੱਥੇ ਲੈ ਕੇ ਜਾਈਏ, ਕਿਉਂ ਨਾ ਹੁਸੈਨੀ ਵਾਲਾ ਜਾਈਏ, ਭਗਤ ਸਿੰਘ, ਸੁਖਦੇਵ, ਰਾਜਗੁਰੂ ਦੀ ਸਮਾਧ 'ਤੇ, ਕਿਉਂ ਨਾ ਅਸੀਂ ਅੰਡੇਮਾਨ ਦਿਖਾਈਏ, ਕਾਲੇ ਪਾਣੀ ਵਾਲੀ ਜੇਲ੍ਹ, ਕਿਉਂ ਨਾ ਅਸੀਂ ਅੰਮ੍ਰਿਤਸਰ ਦਾ ਜਲਿਆਂਵਾਲਾ ਬਾਗ ਦਿਖਾਈਏ, ਨਹੀਂ ਪੜ੍ਹਾਈਏ, ਫਿਰ ਬੱਚੇ ਤਾਂ ਬੜੇ ਅੱਛੇ ਬੱਚੇ, ਦੇਸ਼ ਭਗਤ ਹੋ ਜਾਂਦੇ। ਤੁਸੀਂ ਵੀ ਕੈਂਡਲ ਮਾਰਚ ਸ਼ਾਮਿਲ ਹੋਏ ਹੋ, ਕੀ ਗੱਲ ਕੈਂਡਲ ਮਾਰਚ ਸਹੀ ਨਹੀਂ ਕਰਿਆ ਜਾ ਰਿਹਾ, ਕੀ ਕੀ ਕਹਿਣਾ ਚਾਹੁੰਦੇ ਹੋ? ਕੈਂਡਲ ਮਾਰਚ ਕਰ ਰਹੇ ਹੈ, ਕੁਛ ਕਰ ਰਹੇ ਹੈ, ਅਸੀਂ ਆ ਗਏ ਹਾਂ, ਲੇਕਿਨ ਕੇਵਲ ਮੋਮਬੱਤੀਆਂ ਜਲਾਣੀਆਂ ਅਤੇ ਘਰ ਚਲੇ ਜਾਣਾ, ਇਹਦੇ ਨਾਲ ਕੁਛ ਖਾਸ ਨਹੀਂ ਹੋਣ ਵਾਲਾ। ਔਰ ਸਰਕਾਰ ਜਿੰਨੇ ਮਰਜ਼ੀ ਬੰਦੇ ਇਕੱਠੇ ਕਰ ਲਏ, ਠੀਕ ਹੈ, ਅਸਲੀ ਕੈਂਡਲ ਮਾਰਚ ਹੋਈ ਹੈ ਜਿੱਦਣ ਦੀਪਕ ਸੇ ਦੀਪਕ ਜਲੇਗਾ, ਜਿਨ ਦਿਨ ਦਿਲੋਂ ਮੈਂ ਦੇਸ਼ ਪ੍ਰੇਮ ਕੀ ਜੋਤ ਜਗੇਗੀ। ਜੀ ਬਿਲਕੁਲ, ਕਿਤੇ ਨਾ ਕਿਤੇ ਜਿਹੜੇ ਸਾਬਕਾ ਮੰਤਰੀ ਲਕਸ਼ਮੀਕਾਂਤ ਚਾਵਲਾ ਨੇ, ਇਹਨਾਂ ਦੀ ਜਿਹੜੀ ਧਾਰਨਾ ਹੈ, ਜਿਹੜੀ ਇਹਨਾਂ ਦੀਆਂ ਆਸ਼ਾਵਾਂ ਨੇ, ਉਮੀਦਾਂ ਨੇ, ਉਹ ਵੀ ਬਿਲਕੁਲ ਠੀਕ ਨੇ। ਕਿਤੇ ਨਾ ਕਿਤੇ ਲੋਕਾਂ ਨੂੰ ਵੀ ਚਾਹੀਦਾ ਵੀ ਜਿੰਨੇ ਵੀ ਸਾਡੇ ਦੇਸ਼ ਦੇ ਸ਼ਹੀਦ ਹੈਗੇ ਉਹਨਾਂ ਨੂੰ ਯਾਦ ਰੱਖਿਆ ਜਾਵੇ, ਤਾਂ ਜੋ ਜਿੰਨੇ ਵੀ ਲੋਕ ਹੈਗੇ ਨੇ ਜਿਹੜੇ ਦੇਸ਼ ਪ੍ਰਤੀ ਕੁਛ ਕਰਨਾ ਚਾਹੁੰਦੇ ਨੇ, ਉਹਨਾਂ ਦਾ ਜਜ਼ਬਾ ਜਿਹੜਾ ਹੈ ਉਹ
कायम रहे। कैमरा पर्सन मुकेश कुमार, सिकंदर पसीचा, दैनिक सवेरा टीवी, अमृतसर।